ਅਤੇ ਜੁਗੰਡੀ ਫਲਾਈਓਵਰ ਦੇ ਨਜ਼ਦੀਕ ਟੂਰਿਸਟ ਬੱਸ ਦੀ ਟੱਕਰ ਦੇ ਨਾਲ ਪੁਲਿਸ ਦੀ ਗੱਡੀ ਬੇਕਾਬੂ ਹੋ ਕੇ ਟਰੱਕ ਦੇ ਹੇਠਾਂ ਧਸ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ASI ਦਲਜੀਤ ਸਿੰਘ ਨੇ ਦੱਸਿਆ ਕਿ ਸਵੇਰ ਦੇ ਸਮੇਂ ਉਹ ਫਲਾਈਓਵਰ ਤੇ ਖੜੇ ਸਰੀ ਨਾਲ ਭਰੇ ਟਰੱਕ ਨੂੰ ਹਟਵਾ ਰਹੇ ਸਨ ਤਾਂ ਇਸੇ ਦੌਰਾਨ ਹੀ ਇੱਕ ਟੂਰਿਸਟ ਬੱਸ ਨੇ ਉਹਨਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਜੋ ਟਰੱਕ ਦੇ ਹੇਠਾਂ ਧਸ ਗਈ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਇਸ ਹਾਦਸੇ ਦੇ ਦੌਰਾਨ ਗੱਡੀ ਦੇ ਪਰਖੱਚੇ ਉੱਡ ਗਏ ਪਰ ਪੁਲਿਸ ਮੁਲਾਜ਼ਮ ਇਸ ਹਾਦਸੇ ਦੇ ਦੌਰਾਨ ਵਾਲ ਵਾਲ ਬਚ ਗਏ। ਫਿਲਹਾਲ ਪੁਲਿਸ ਦੇ ਵੱਲੋਂ ਬੱਸ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਵੇਰੇ 4 ਵਜੇ ਸਾਨੂੰ ਮੈਸੇਜ ਆਇਆ ਵੀ ਇੱਕ ਟਰੱਕ ਸੜਕ ਦੇ ਉੱਤੇ GT ਰੋਡ 'ਤੇ ਖੜਾ ਖੜਾ ਐਕਸੀਡੈਂਟ ਹੋਇਆ। ਜਦੋਂ ਅਸੀਂ ਆਏ ਹਾਂ ਉਹਦੇ ਸੜਕ ਦੇ ਉੱਤੇ ਟਰੱਕ ਖੜਾ ਸੀਗਾ ਅਤੇ ਟਰੈਫਿਕ ਚੱਲ ਰਹੀ, ਅਸੀਂ ਗੱਡੀ ਖੜੀ ਕਰਕੇ ਆਪਣੀ ਅਤੇ ਉਸ ਟਰੈਫਿਕ ਨੂੰ ਨਿਘਾ ਰਹੇ ਸੀਗੇ। ਪਿੱਛੋਂ ਬੱਸ ਆਈ ਆ ਟੂਰਿਸਟ ਪ੍ਰਿੰਸ ਟਰੈਵਲ ਵਾਲਿਆਂ ਦੀ, ਅਤੇ ਸਾਡੇ ਵਾਲੀ ਗੱਡੀ ਨੂੰ ਹਿੱਟ ਕੀਤਾ ਇਹਨੇ, ਤਾਂ ਸਾਡੇ ਵਾਲੀ ਗੱਡੀ ਜਿਹੜੀ ਪੂਰੇ ਟਰੱਕ ਦੇ ਵਿੱਚ ਜਾ ਰਹੀ। ਸਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ? ਨਹੀਂ, ਜਾਨੀ ਨੁਕਸਾਨ ਨਹੀਂ ਕੋਈ ਹੋਇਆ, ਗੱਡੀ ਦਾ ਨੁਕਸਾਨ ਹੋਇਆ ਜਿਹੜਾ। ਕਿੰਨੇ ਨੰਬਰ ਗੱਡੀ ਹੈਗੀ ਜੀ? 21 ਨੰਬਰ ਹੈ ਜੀ। ਜਲੰਧਰ ਤੋਂ ਵਿਨੇ ਸ਼ਰਮਾ, ਦੈਨਿਕ ਸਵੇਰਾ TV।